ਨਸ਼ਾ ਤਸਕਰੀ ਦੇ ਮਸਲੇ ਦੇ ਵਿੱਚ ਗ੍ਰਿਫਤਾਰ ਭਾਰਤੀ ਜਨਤਾ ਪਾਰਟੀ ਦੀ ਨੇਤਾ ਸਤਕਾਰ ਕੌਰ ਤੇ ਉਹਦੇ ਭਤੀਜੇ ਨੂੰ ਹੁਣ ਨਿਆਇਕ ਹਸਤ ਵਿੱਚ ਭੇਜ ਦਿੱਤਾ ਹੈ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਸਤਕਾਰ ਕੌਰ ਹਣੀ ਪਹਿਲਾਂ ਕਾਂਗਰਸ ਪਾਰਟੀ ਦੇ ਨੇਤਾ ਰਹੇ ਨੇ ਐਮ ਐਲ ਏ ਰਹੇ ਨੇ 222 ਦੀਆਂ ਵਿਧਾਨ ਸਭਾ ਚੋਣਾਂ ਦਰਾਂ ਉਹ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਸੀ ਹਾਲਾਂਕਿ ਜਦੋਂ ਇਹ ਨਸ਼ਾ ਤਸਕਰੀ ਦੇ ਮਸਲੇ ਵਿੱਚ ਗ੍ਰਿਫਤਾਰ ਹੋਏ ਤਾਂ ਅਗਲੇ ਦਿਨ ਹੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਹੋਣਾ ਵੱਲੋਂ ਉਹਨਾਂ ਨੂੰ ਅਗਲੇ 6 ਸਾਲਾਂ ਤੱਕ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਲੇਕਿਨ ਹੁਣ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਖਬਰ ਪੂਰੀ ਸਾਂਝੀ ਤੁਹਾਡੇ ਨਾਲ ਕਰ ਰਹੇ ਹਾਂ ਜੀ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਨਸ਼ਾ ਤਸਕਰੀ ਮਾਮਲੇ ਵਿੱਚ ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਸਤਕਾਰਕੌਰ ਗਹਿਰੀ ਅਤੇ ਉਸਦੇ ਭਤੀਜੇ ਜਸਕੀਰਤ ਸਿੰਘ ਨੂੰ 2 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਮਹਾਲੀ ਦੀ ਅਦਾਲਤ ਨੇ ਵਿੱਚ ਮੁਰ ਤੋਂ ਪੇਸ਼ ਕੀਤਾ ਗਿਆ ਸੀ ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨ ਦੀ ਨਿਆਇਕ ਹਸਤ ਵਿੱਚ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਇਸ ਤੋਂ ਪਹਿਲਾਂ ਦੋਨਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਵੀ ਕਰਵਾਇਆ ਗਿਆ ਸੀ ਜਾਂਚ ਅਧਿਕਾਰੀ ਰਾਮਦਰਸ਼ਨ ਸ਼ਰਮਾ ਨੇ ਦੱਸਿਆ ਕਿ ਪੁਸ਼ਪਪਟਾਲ ਦਰਾਨ ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਆਗੂ ਸਤਕਾਰ ਕੌਰ ਗਹਿਰੀ ਤੇ ਉਸ ਦੇ ਭਤੀਜੇ ਨੇ ਫਿਰੋਜ਼ਪੁਰ ਦੇ ਦੋ ਨਸ਼ਾ ਤਸਕਰਾਂ ਗੁਰੀ ਅਤੇ ਰਾਜਵੀਰ ਦੇ ਨਾਮ ਪੁਲਿਸ ਨੂੰ ਦੱਸੇ ਸਨ ਮੁਲਜ਼ਮਾਂ ਨੂੰ ਫੜ ਲਈ ਪੁਲਿਸ ਵੱਲ ਉਹਨਾਂ ਦੇ ਟਿਕਾਣਿਆਂ ਤੇ ਛਾਪੇ ਮਾਰੇ ਗਏ ਨੇ ਪਰੰਤੂ ਉਹ ਸਬੰਧਤ ਥਾਵਾਂ ਤੇ ਪੁਲਿਸ ਨੂੰ ਨਹੀਂ ਮਿਲੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਵਿਧਾਇਕਾਂ ਦੀ ਗ੍ਰਿਫਤਾਰੀ ਬਾਰੇ ਪਤਾ ਲੱਗਣ ਤੇ ਉਹ ਆਪਣੇ ਘਰਾਂ ਤੋਂ ਫਰਾਰ ਹੋ ਗਏ ਸਨ ਉਹਨਾਂ ਦੀ ਭਾਲ ਵਿੱਚ ਪੁਲਿਸ ਟੀਮਾਂ ਵੱਲੋਂ ਛਾਪੇ ਮਾਰੇ ਜਾ ਰਹੇ ਨੇ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਦੱਸਿਆ ਕਿ ਗੁਰੀ ਖਲਾਫ ਪਹਿਲਾਂ ਵੀ ਖਰੜ ਥਾਣੇ ਦੇ ਵਿੱਚ ਐਨ ਡੀ ਪੀ ਐਸ ਐਕਟ ਦੇ ਤਹਿਤ ਕੇਸ ਦਰਜ ਹੈ। ਉਹਨਾਂ ਦੱਸਿਆ ਕਿ ਗੁਰੀ ਅਤੇ ਰਾਜਵੀਰ ਦੀ ਗ੍ਰਿਫਤਾਰੀ ਤੋਂ ਬਾਅਦ ਸਾਬਕਾ ਵਿਧਾਇਕ ਅਤੇ ਉਸਦੇ ਭਤੀਜੇ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਦੁਬਾਰਾ ਕੀਤੀ ਜਾਵੇਗੀ। ਜਾਂਚ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸਾਬਕਾ ਵਿਧਾਇਕਾ ਨੇ ਪੁਲਸ ਕੋਲ ਮੰਨਿਆ ਸੀ ਕਿ ਉਕਤ ਵਿਕਤੀਆਂ ਕੋਲੋਂ ਨਸ਼ੀਲੇ ਪਦਾਰਥ ਲੈ ਕੇ ਅੱਗੇ ਵੇਚਦੇ ਸਨ। ਜਾਂਚ ਅਧਿਕਾਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਸਾਬਕਾ ਵਿਧਾਇਕਾ ਕੋਲੋਂ ਮਰਾਬਤ ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਸੌਹਾਰ ਨੂੰ ਫੋਰੈਂਸਿਕ ਲੈਬ ਵਿੱਚ ਭੇਜਿਆ ਜਾਵੇਗਾ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਮਿਲੀ ਜਾਣਕਾਰੀ ਅਨਸਾਰ ਇਹ ਐਨਟੀਐਫ ਮਤਲਬ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਵੱਲੋਂ 23 ਅਕਤੂਬਰ ਦੀ ਸ਼ਾਮ ਨੂੰ ਸਾਬਕਾ ਵਿਧਾਇਕਾ ਸਤਕਾਰਪੁਰ ਗੈਰੀ ਅਤੇ ਉਸਦੇ ਭਤੀਜੇ ਜਸਕੀਰਤ ਸਿੰਘ ਨੂੰ ਸਨਨੀ ਇਨ ਇਨਕਲੇਵ ਖਰੜਚੋ 100 ਗ੍ਰਾਮ ਹੀਰੋਨ ਸਨੇ ਗ੍ਰਿਫਤਾਰ ਕੀਤਾ ਸੀ ਬਾਅਦ ਵਿੱਚ ਉਹਨਾਂ ਦੇ ਘਰ ਚੋਂ 28 ਗ੍ਰਾਮ ਚਿੱਟਾ 1.56 ਲੱਖ ਰੁਪਏ ਦੀ ਮਣੀ ਸੋਨੇ ਦੇ ਗਹਿਣੇ ਤੇ ਦਿੱਲੀ ਨੰਬਰ ਦੀਆਂ ਕਈ ਕਾਰਾਂ ਦੀਆਂ ਨੰਬਰ ਪਲੇਟਾਂ ਵੀ ਬਰਾਮਦ ਕੀਤੀਆਂ ਗਈਆਂ ਸੀ ਇਸ ਸਬੰਧੀ ਇਹਨਾਂ ਮੁਲਜ਼ਮਾਂ ਦੇ ਖਿਲਾਫ ਮਹਾਲੀ ਦੇ ਐਸਟੀਐਫ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਹੁਣ ਇਹਨਾਂ ਦੋਨਾਂ ਜਾਣੇ ਨੂੰ ਜੁਡੀਸ਼ੀਅਲ ਰਿਮਾਨਡ ਤੇ ਭੇਜ ਦਿੱਤਾ ਗਿਆ ਸਤਕਾਰਕਰ ਹਣੀ ਜੋ ਕਾਂਗਰਸ ਪਾਰਟੀ ਦੇ ਜੂਥ ਕਾਂਗਰਸ ਦੇ ਵਿੱਚ ਜਨਰਲ ਸਕੱਤਰ ਦੇ ਅਹੁਦੇ ਤੇ ਰਹਿ ਚੁੱਕੇ ਸਨ 2012 ਦੇ ਵਿੱਚ ਉਹ ਕਾਂਗਰਸ ਪਾਰਟੀ ਤੋਂ ਟਿਕਟ ਲੜਦੇ ਨੇ ਫਿਰੋਜ਼ਪੁਰ ਦਿਹਾਤੀ ਤੋਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਜਿੰਦੂ ਦੇ ਹੱਥੋਂ ਹਾਰ ਜਾਂਦੇ ਨੇ ਫਿਰ ਕਾਂਗਰਸ ਪਾਰਟੀ ਉਹਨਾਂ ਨੂੰ 2017 ਦੇ ਵਿੱਚ ਟਿਕਟ ਦੇ ਦਿੰਦੇ ਨੇ ਫਿਰ ਉਹ 2017 ਦੇ ਵਿੱਚ ਉਹ ਕਾਂਗਰਸ ਪਾਰਟੀ ਦੀ ਟਿਕਟ ਤੋਂ ਜਿੱਤ ਜਾਂਦੇ ਨੇ ਤੇ ਅਕਾਲੀ ਦਲ ਦੇ ਉਮੀਦਵਾਰ ਨੂੰ ਹੀ ਕਰੀਬ 20000 ਤੋਂ ਵੱਧ ਵੋਟਾਂ ਨਾਲ ਹਰਾ ਕੇ ਐਮ ਐਲ ਏ ਦੀ ਕੁਰਸੀ ਹਾਸਲ ਕਰ ਲੈਂਦੇ ਨੇ ਫਿਰ ਇਹਨਾਂ ਦੋਨਾਂ ਮੀਆਂ ਬੀਬੀ ਬਾਰੇ ਚਰਚੇ ਨੇ ਫਿਰੋਜ਼ਪੁਰ ਦਿਹਾਤੀ ਜੇ ਕਿ ਇਹਨਾਂ ਨੇ ਉਹ ਇਹੋ ਜੇ ਗੈਰ ਕਾਨੂੰਨੀ ਸਮਾਜ ਵਿਰੋਧੀ ਕੰਮ ਵੀ ਕੀਤੇ ਹਨ ਚਰਚਾ ਚਾਹੇ ਉਹਦੇ ਚ ਮਾਈਨਿੰਗ ਦੇ ਦੋਸ਼ ਲੱਗਦੇ ਹਨ ਚਾਹੇ ਕੋਈ ਹੋਰ ਦੋਸ਼ ਲੱਗਦੇ ਹਨ ਇਹ ਉਥੋਂ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਵੰਸ ਵੰਨੀਆਂ ਇਹਨਾਂ ਦੇ ਖਿਲਾਫ ਗੱਲਾਂ ਹੋ ਰਹੀਆਂ ਨੇ 2022 ਦੇ ਵਿੱਚ ਇਹ ਇਹਨਾਂ ਦੀ ਟਿਕਟ ਕੱਟੀ ਜਾਂਦੀ ਹੈ ਇਹਨਾਂ ਦੇ ਜਿਹੜੇ ਘਰ ਵਾਲਾ ਲਾਡੀ ਗੈਰੀ ਉਦੋਂ ਜੋ ਟਿਕਟ ਕੱਟੀ ਗਈ ਤੇ ਉਹ ਰੋਣ ਵੀ ਲੱਪੇ ਹੀ ਕਿ ਸਾਡੇ ਨਿਆਣੇ ਭੁੱਖੇ ਮਰ ਜਾਣਗੇ ਫਿਰ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਜਾਂਦੇ ਨੇ ਉਸ ਤੋਂ ਬਾਅਦ ਜੋ ਕੁਝ ਸਾਹਮਣੇ ਕਿ ਇਸ ਨੇ ਜੋ ਪੁੜਸ ਦੱਸ ਰਹੀ ਹੈ ਜੋ ਦਾਵਾ ਕਰ ਰਹੀ ਹੈ ਪੁੜਸ ਕਿ ਨਸ਼ਾ ਵੇਚਦੇ ਨੇ ਇਹਨਾਂ ਨੇ ਖੁਦ ਮੰਨਿਆ ਹੈਗਾ ਇਹ ਹੁਣ ਅਗਲੀ ਕਾਰਵਾਈ ਕਿ ਜਦੋਂ ਕੋਰਟ ਦੀਆਂ ਤਰੀਕਾਂ ਪੂਗਤਣਗੇ ਕਿ ਕਿੰਨੀ ਸਚਾਈ ਹੈ ਲੇਕਿਨ ਫਿਲਹਾਲ ਪੰਜਾਬ ਵਿੱਚ ਸਪਸ਼ਟ ਸੀ ਪਹਿਲਾਂ ਵੀ ਇਲਜ਼ਾਮ ਲੱਗ ਰਹੇ ਨੇ ਕਿ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦਾ ਨਸ਼ਾ ਤਸਕਰਾਂ ਦੇ ਨਾਲ ਮੇਲਜੁਲ ਹੈ ਉਹਨਾਂ ਦੇ ਸਿਰ ਤੇ ਹੱਥ ਰੱਖਦੇ ਨੇ ਨਸ਼ਾ ਤਸਕਰ ਨਸ਼ਾ ਵੇਚਦੇ ਨੇ ਤੇ ਹਿੱਸੇ ਪੱਤੀ ਗਾਂ ਉੱਪਰ ਤੱਕ ਜਾਂਦੇ ਨੇ ਇਹ ਇੱਕ ਵੱਡੀ ਐਗਜ਼ੈਂਪਲ ਆ ਕਿ ਇੱਕ ਸਾਭ ਦਾ ਵਿਧਾਇਕ ਹੀ ਨਸ਼ਾ ਵੇਚਦੀ ਫੜੀ ਗਈ ਹੈ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੇ ਮੌਜਾਂ ਮਾਣੀਆਂ ਤੇ ਫਿਰ ਭਾਰਤੀ ਜਨਤਾ ਪਾਰਟੀ ਜਾ ਕੇ ਮੌਜਾਂ ਮਾਣੀਆਂ ਪਰ ਹੁਣ ਉਹ ਕਹਿੰਦੇ ਹੁੰਦੇ ਨਾ 100 ਦਿਨ ਚੋਰ ਦੇ ਇੱਕ ਦਿਨ ਸਾਧ ਵਾਲੀ ਗੱਲ ਸਾਬਤ ਹੋਈ ਹੈ ਔਰ ਦੂਜੀ ਗੱਲ ਇਹ ਵੀ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਪਹਿਲਾਂ ਵੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਬਣੀ ਸੀ ਇਹਨਾਂ ਨੂੰ ਸਰੋਤਾਂ ਤੋਂ ਬਾਅਦ ਆਮਦਨ ਬਣਾਉਣ ਦੇ ਮਸਲੇ 'ਚ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ ਉਦੋਂ ਵੀ ਇਹਨਾਂ ਤੋਂ ਜਿਹੜੇ ਸਰੋਤ ਸੀ ਉਹ ਘੱਟ ਸੀ ਤੇ ਆਮਦਨ ਬਹੁਤ ਜ਼ਿਆਦਾ ਸੀ ਖਰਚੇ ਬਹੁਤ ਜ਼ਿਆਦਾ ਸੀ ਔਰ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ ਦੋਨੇ ਮੀਆਂ ਬੀਬੀ 5-6 ਮਹੀਨੇ ਜੇਲ੍ਹ ਕੱਟੋ ਤੋਂ ਬਾਅਦ ਇਹਨਾਂ ਨੂੰ ਜ਼ਮਾਨਤ ਮਿਲੀ ਸੀ ਹਲੇ ਥੋੜਾ ਜਿਹੀ ਚੇਹਰ ਹੋਇਆ ਸੀ ਕਿ ਸਤਕਾਰਕੋਰ ਹੁਣੀ ਜੇਲ੍ਹ ਚੋਂ ਬਾਹਰ ਆਏ ਸੀ ਲੇਕਿਨ ਹੁਣ ਨਸ਼ਾ ਤਸਕਰੀ ਦੇ ਮਸਲੇ ਦੇ ਵਿੱਚ ਇਹਨਾਂ ਨੂੰ ਮੁੜ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਵੱਲੋਂ ਮੁਹਿੰਮ ਸ਼ੁਰੂ ਕੀਤੀ ਹੈ ਕਿ ਜਿੰਨੇ ਵੀ ਨਸ਼ਾ ਤਸਕਰ ਆਗੇ ਨੇ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾਊਗੀ ਦੇਖਦੇ ਆਂ ਕਿ ਹਰਜਿੰਦਰ ਜਿਹੜੇ ਸਤਕਾਰਕੌਰ ਤੇ ਇਹਦੇ ਘਰ ਵਾਲੇ ਦੇ ਨਾਮ ਤੇ ਕਿੰਨੀ ਪ੍ਰਾਪਰਟੀ ਹੈਗੀ ਹੈ ਤੇ ਉਹ ਸਰਕਾਰ ਉਸ ਪ੍ਰਾਪਰਟੀ ਨੂੰ ਫ੍ਰੀਜ਼ ਕਰਨ ਵਾਸਤੇ ਜਬਤ ਕਰਨ ਵਾਸਤੇ ਅਗਲੀ ਕਾਰਵਾਈ ਕਦੋਂ ਸ਼ੁਰੂ ਕਰਦੀ ਹੈ ਫਿਲਹਾਲ ਇਸ ਜਾਣਕਾਰੀ ਨਾਲ ਧੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ